नमस्कार, स्वागत प्रोग्राम जायका दे विच। सो मैं थोनू दसदी हाँ कि एक बार की होया, मेरे आ गए नाना जी आए। सानू बड़ी खुशी हुई कि नाना जी आए आ, हाल चाल पूछे तो बाद च लगे चाह बनाउण। कहिंदे ना ना पुत, चाह ना बनायो। असी सोचिए भी पता नहीं की होया। कहिंदे मैनू भुख बहुत लगी आ, जल्दी जल्दी मैनू रोटी दो खाण वास्ते। असी क्या नाना जी, रोटी लई तां थोड़ा टाइम चाहीदा है, सब्जी बनानी पएगी, घर च सब्जी नहीं हैगी बनी हुई। कहिंदे लै, सब्जी दी की जरूरत है, तुसी मैनू गंढा दो, अचार दो, तो मैं रोटी खा लैनी आ, लस्सी दो, तो चलो जी बहुत वधिया खाना है वो। तो असी क्या नाना जी, घर विच अचार नहीं। तो नाना जी बड़ा गुस्से होके बोले, वो केड़ा घर जिथे अचार है नहीं, अचार तो बिना भी कोई घर घर है। तो मैं क्या नाना जी, मैं इस बार हुण अचार जरूर सीखांगी। तो मैं आ गई हाँ जी मैडम सरबजीत जी कोल, ते असी अज उन्हां तो सीखांगे अचार बनाउण दी विधि। सो अचार तो बहुत किस्म दे हुंदे ने, लेकिन अज असी शुरुआत करन जा रहे हैं जी अंब दे अचार तो। सो मैम थोड़ा बहुत बहुत स्वागत साढ़े अज के इस शो दे विच। नमस्कार जी। सो मैम, आपां नूं अचार बनाउण लई किस तरह के अंबा की जिहड़ी है चोण करनी पैंदी है पहले? सब तो पहला तो असी जिहड़े अंब लवांगे बिल्कुल टाइट होने चाहिए अंब जी। ठीक है जी, जे अंब सॉफ्ट होए तो साडा अचार खराब हो जाएगा। इस करके सानूं बिल्कुल टाइट अंब होने चाहिए आ, तो बिल्कुल कच्चे होने चाहिए आ कि जो असी दबा के देखिए तो वह दबे ना जाए। उस तो बाद मैम असी अंबा नूं बिल्कुल वॉश करांगे, चंगी तरह वॉश करके कपड़े नाल साफ करके फिर असी इस नूं कटांगे। ਕੱਟਣ ਤੋਂ ਬਾਅਦ ਇਸ ਨੂੰ ਅਸੀਂ ਨਮਕ ਲਗਾਵਾਂਗੇ। ਠੀਕ ਹੈ ਜੀ, ਇਸ ਵਿੱਚ ਜਿਹੜੇ ਮਸਾਲੇ ਪੈਂਦੇ ਨੇ, ਪਹਿਲਾਂ ਮੈਂ ਤੁਹਾਨੂੰ ਮਸਾਲੇ ਦੱਸਣਾ ਚਾਹਾਂਗੀ ਕਿੰਨੇ ਅੰਬਾਂ ਦੇ ਵਿੱਚ ਕਿੰਨੇ ਮਸਾਲੇ ਪੈਣਗੇ। ਸੋ ਮੈਮ, ਆਪਾਂ ਜਿਹੜੇ ਆ ਕੱਟੇ ਹੋਏ ਅੰਬ ਨੇ ਆਪਣੇ ਕੋਲ, ਇਹ ਕਿੰਨੇ ਕਿਲੋ ਨੇ, ਸੋ ਉਸਦੇ ਅਕੋਰਡਿੰਗਲੀ ਆਪਾਂ ਨੂੰ ਸਮੱਗਰੀ ਦੀ ਜ਼ਰੂਰਤ ਪੈਂਦੀ ਹੈ। ਹਾਂਜੀ ਮੈਮ, ਇਹ ਆਪਣੇ ਕੋਲ 5 ਕਿਲੋ ਅੰਬ ਕੱਟੇ ਹੋਏ ਨੇ ਜੀ। ਇਹਦੇ ਵਾਸਤੇ ਜਿਹੜੀ ਆਪਾਂ ਨੂੰ ਸਮੱਗਰੀ ਚਾਹੀਦੀ ਹੈ, ਪਹਿਲਾਂ ਤਾਂ ਕੱਟੇ ਹੋਏ 5 ਕਿਲੋ ਅੰਬ ਜੀ। ਠੀਕ ਹੈ ਜੀ, ਫਿਰ ਉਸਦੇ ਬਾਅਦ 'ਚੋਂ 1 ਕਿਲੋ ਨਮਕ, ਹਲਦੀ 100 ਗ੍ਰਾਮ, ਲਾਲ ਮਿਰਚ ਪਾਊਡਰ 200 ਗ੍ਰਾਮ, ਕਲੌਂਜੀ 200 ਗ੍ਰਾਮ, ਮੇਥੀ ਦਾਣਾ 300 ਗ੍ਰਾਮ, ਸੌਂਫ 250 ਗ੍ਰਾਮ, ਕਾਲੀ ਮਿਰਚ 50 ਗ੍ਰਾਮ। ਕਾਲੀ ਮਿਰਚ ਨੂੰ ਅਸੀਂ ਸਾਬਤ ਵੀ ਪਾ ਸਕਦੇ ਹਾਂ ਅਤੇ ਕੁੱਟ ਕੇ ਵੀ ਪਾ ਸਕਦੇ ਹਾਂ। ਜੀਰਾ 200 ਗ੍ਰਾਮ, ਇਸ ਨੂੰ ਅਸੀਂ ਸਾਬਤ ਵੀ ਪਾ ਸਕਦੇ ਹਾਂ ਅਤੇ ਪੀਸਿਆ ਹੋਇਆ ਵੀ ਬਣਾ ਕੇ ਪਾ ਸਕਦੇ ਪਾਊਡਰ। ਸਰ੍ਹੋਂ ਦਾ ਤੇਲ 250 ਗ੍ਰਾਮ, ਤੇਲ ਜੋ ਹੈ ਅਸੀਂ ਇਸਨੂੰ ਗਰਮ ਕਰਕੇ ਉਸਨੂੰ ਚੰਗੀ ਤਰ੍ਹਾਂ ਠੰਡਾ ਕਰਕੇ ਹੀ ਅਚਾਰ ਵਿੱਚ ਪਾਵਾਂਗੇ। ਸੋ ਮੈਡਮ, ਜਿਸ ਤਰ੍ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿੱਤਾ ਔਰ ਮੈਨੂੰ ਵੀ ਦੱਸ ਦਿੱਤਾ ਕਿ 5 ਕਿਲੋ ਅਚਾਰ ਹੈ, ਉਹਦੇ ਲਈ ਆਪਾਂ ਨੂੰ ਜੋ ਵੀ ਸਮੱਗਰੀ ਚਾਹੀਦੀ ਸੀ, ਉਹ ਮੈਂ ਵੀ ਨੋਟ ਕਰ ਲਈ ਹੈ ਕਿ ਕੀ ਹੈ ਆਪਣੇ ਮਾਈਂਡ ਦੇ ਵਿੱਚ, ਅਤੇ ਸਾਡੇ ਦਰਸ਼ਕਾਂ ਨੇ ਵੀ ਜ਼ਰੂਰ ਨੋਟ ਕਰ ਲਿਆ ਹੋਣਾ ਕਿ ਕਿੰਨੀ ਸਮੱਗਰੀ ਦੀ ਜ਼ਰੂਰਤ ਪੈਂਦੀ ਹੈ। ਸੋ ਇਸ ਤੋਂ ਬਾਅਦ ਆਪਾਂ ਜਿਹੜਾ ਨੈਕਸਟ ਸਟੈਪ ਹੈ ਉਹ ਆਪਾਂ ਕੀ ਕਰਾਂਗੇ? ਮੈਮ, ਹੁਣ ਅਸੀਂ ਇਸਨੂੰ ਨਮਕ ਲਗਾਵਾਂਗੇ। ਜਿਹੜਾ ਅਸੀਂ 1 ਕਿਲੋ ਨਮਕ ਲਿਆ ਨਾ, ਉਸਦੇ ਵਿੱਚੋਂ ਅਸੀਂ ਆਪਣੇ ਅੰਦਾਜ਼ੇ ਦੇ ਨਾਲ ਇਸਨੂੰ ਨਮਕ ਲਗਾਵਾਂਗੇ ਜੋ ਇਸਦਾ ਪਾਣੀ ਸਾਰਾ ਨਿਕਲ ਜਾਏ ਜੀ। ਇਸਨੂੰ ਅਸੀਂ ਇਸ ਤਰ੍ਹਾਂ ਨਮਕ ਲਗਾ ਕੇ 1 ਕਿਲੋ ਨਮਕ ਜਿਹੜਾ ਅਸੀਂ ਆਪਣੇ 5 ਕਿਲੋ ਅੰਬ ਕੱਟੇ ਹੋਏ ਨੇ, 1 ਕਿਲੋ ਨਮਕ ਜਿਹੜਾ 5 ਕਿਲੋ ਅੰਬ ਕੱਟੇ ਹੋਏ ਦੇ ਵਿੱਚ ਸਾਰਾ ਨਹੀਂ ਲੱਗੇਗਾ ਜੀ, ਬਿਲਕੁਲ ਉਹ ਹਿਸਾਬ ਨਾਲ ਲੱਗੇਗਾ ਕਿ ਜਿਹੜਾ ਇਹਨਾਂ ਦਾ ਅੰਬਾਂ ਦਾ ਪਾਣੀ ਹੈ ਨਾ ਨਿਕਲ ਜਾਏ, ਤਾਂ ਜੋ ਸਾਡੇ ਅਚਾਰ ਨੂੰ ਖਰਾਬ ਨਾ ਕਰ ਸਕੇ ਜੀ। ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਪੂਰਾ ਨਮਕ ਜਿਹੜਾ ਹੈ ਆਪਾਂ ਅੰਬਾਂ ਦੇ ਵਿੱਚ ਮਿਕਸ ਕਰ ਦੇਣਾ ਹੈ। ਹਾਂਜੀ, ਮਿਕਸ ਦੇਖੋ ਆਪਾਂ ਨਮਕ ਲਗਾ ਤਾ, ਹੁਣ ਅਸੀਂ ਇਸਨੂੰ ਅੱਛੀ ਤਰ੍ਹਾਂ ਮਿਕਸ ਕਰਤਾ ਚੰਗੀ ਤਰ੍ਹਾਂ। ਠੀਕ ਹੈ ਜੀ, ਹੁਣ ਅਸੀਂ ਇਸਨੂੰ 2 ਦਿਨ ਵਾਸਤੇ ਇਸੇ ਤਰ੍ਹਾਂ ਛੱਡਦਾ। ਸੋ ਮੈਮ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕਿ 3 ਦਿਨ ਬਾਅਦ ਜਿਹੜਾ ਕਿ ਆਪਾਂ ਦੁਬਾਰਾ ਅੰਬਾਂ ਨੂੰ ਚੈੱਕ ਕਰਨਾ ਹੈ। ਹਾਂਜੀ, ਸੋ 3 ਦਿਨਾਂ ਬਾਅਦ ਆਪਾਂ ਹੁਣ ਇਹਨਾਂ ਨੂੰ ਕਿਸ ਤਰ੍ਹਾਂ ਚੈੱਕ ਕਰਾਂਗੇ? ਦੇਖੋ ਮੈਮ, 3 ਦਿਨ ਹੋ ਗਏ, ਅੰਬ ਦਾ ਕਲਰ ਵੀ ਚੇਂਜ ਹੋ ਚੁੱਕਿਆ ਜੀ, ਅਤੇ ਅੰਬਾਂ ਨੇ ਜਿਹੜਾ ਪਾਣੀ ਛੱਡਣਾ ਸੀ ਨਮਕ ਲਗਾਏ ਅਤੇ ਐਕਸਟਰਾ ਪਾਣੀ ਵੀ ਛੱਡ ਦਿੱਤਾ ਜੀ, ਜੋ ਅਸੀਂ ਇੱਕ ਬੋਲ ਵਿੱਚ ਕੱਢਾਂਗੇ। ਠੀਕ ਹੈ ਜੀ ਜੀ। ਸੋ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਕਿ ਅੰਬਾਂ ਨੇ ਜਿਹੜਾ ਪਾਣੀ ਛੱਡਿਆ ਹੈ ਨਮਕ ਲਗਾਉਣ ਤੋਂ ਬਾਅਦ, ਉਸਨੂੰ ਅਸੀਂ ਅਲੱਗ ਕਰ ਲੈਣਾ ਜੀ।
पूरा पानी जिहड़ा अंबां दा कढ दित्ता। सो पानी कढ़न तो बाद मैम आपां नैक्सट हुण असीं पूरे अंबां दा पानी कढ दित्ता, हुण असीं इस विच मसाले ऐड करांगे। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਨਮਕ, ਠੀਕ ਹੈ ਜੀ। ਜਿਹੜਾ ਆਪਾਂ 1 ਕਿਲੋ ਨਮਕ ਲਿਆ ਸੀ ਬਾਕੀ ਸੀ ਉਸਨੂੰ ਹੀ ਇਸ ਵਿੱਚ ਆਪਾਂ ਐਡ ਕਰਦੇ ਹਾਂ। ਉਸਨੂੰ ਹੀ ਐਡ ਕਰਾਂਗੇ, ਹੋਰ ਐਕਸਟਰਾ ਨਮਕ ਨਹੀਂ ਪਾਵਾਂਗੇ, ਠੀਕ ਹੈ ਜੀ। ਜੀ ਹੁਣ ਅਸੀਂ ਐਡ ਕਰਾਂਗੇ ਹਲਦੀ ਜੀ। ਸੋ ਹਲਦੀ ਪਾਊਡਰ ਦੇ ਨਾਲ ਇਸਦਾ ਜਿਹੜਾ ਕਲਰ ਹੈ ਚੇਂਜ ਹੋ ਜਾਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਲਾਲ ਮਿਰਚ ਪਾਊਡਰ ਜੀ ਐਡ ਕਰਾਂਗੇ, ਫਿਰ ਕਲੌਂਜੀ, ਠੀਕ ਹੈ ਜੀ। ਜੀ ਮੇਥੀ ਦਾਣਾ ਜੀ ਜੋ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ। ਸਾਰੇ ਮਸਾਲੇ ਆਪਾਂ ਤੀਸਰੇ ਦਿਨ ਹੀ ਇਸ ਵਿੱਚ ਐਡ ਹਾਂਜੀ ਬਿਲਕੁਲ ਤੀਸਰੇ ਦਿਨ ਹੀ ਐਡ ਕਰਾਂਗੇ ਤਾਂ ਜੋ ਸਾਡਾ ਅਚਾਰ 1 ਹਫ਼ਤੇ ਦੇ ਵਿੱਚ ਖਾਣ ਵਾਲਾ ਬਣ ਜਾਏ, ਠੀਕ ਹੈ ਜੀ। ਕਾਲੀ ਮਿਰਚ ਸੋ ਪੂਰੇ ਬਹੁਤ ਜ਼ਿਆਦਾ ਦੇ ਵਿੱਚ, ਵੈਸੇ ਮੈਂ ਤੁਹਾਨੂੰ ਦੱਸਿਆ ਹੋਇਆ ਸੀਗਾ ਕਿ ਅਸੀਂ ਇਸ ਵਿੱਚ ਕਾਲੀ ਮਿਰਚ 50 ਗ੍ਰਾਮ ਹੀ ਯੂਜ਼ ਕਰ ਸਕਦੇ ਹਾਂ ਜੀ। ਉਸ ਤੋਂ ਬਾਅਦ ਸੌਂਫ ਜੀਰਾ, ਠੀਕ ਹੈ ਜੀ ਜੀ। ਹੁਣ ਅਸੀਂ ਇਹਨਾਂ ਸਾਰੇ ਮਸਾਲੇ ਨੂੰ ਮਿਕਸ ਕਰ ਲੈਣਾ। ਸੋ ਸਾਰੇ ਮਸਾਲੇ ਆਪਾਂ ਇਸ ਵਿੱਚ ਐਡ ਕਰਕੇ ਅੱਛੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ। ਬਿਲਕੁਲ ਜੀ ਬਿਲਕੁਲ। ਮਿਕਸ ਕਰਨ ਤੋਂ ਬਾਅਦ ਅਸੀਂ ਇਹਨਾਂ ਨੂੰ 3 ਦਿਨ ਵਾਸਤੇ ਫਿਰ ਰੱਖਾਂਗੇ ਜੀ, ਤਾਂ ਜੋ ਸਾਡੇ ਅਚਾਰ ਦਾ ਕਲਰ ਹੈ ਨਾ ਉਹ ਬਿਲਕੁਲ ਅੱਛਾ ਅਤੇ ਵਧੀਆ ਢੰਗ ਨਾਲ ਆਏਗਾ। ਅਤੇ ਇਸ ਵਿੱਚ ਜਿਹੜੇ ਮਸਾਲੇ ਨੇ ਉਹ ਵੀ ਪ੍ਰੋਪਰ ਹਾਂਜੀ ਪ੍ਰੋਪਰ ਸਾਰੇ ਮਿਕਸ ਹੋ ਜਾਣਗੇ ਜੀ। ਇਸ ਨੂੰ ਮੈਮ ਆਪਾਂ ਧੁੱਪ ਦੇ ਵਿੱਚ ਰੱਖਦੇ ਹਾਂ ਜਾਂ ਨਹੀਂ? ਧੁੱਪ ਵਿੱਚ ਨਹੀਂ, ਬਿਲਕੁਲ ਅਸੀਂ ਘਰ 'ਚ ਜਿੱਦਾਂ ਨੋਰਮਲ ਅਸੀਂ ਰੂਮ ਦੇ ਵਿੱਚ ਰਹਿੰਦੇ ਇਸ ਤਰ੍ਹਾਂ ਇਸ ਨੂੰ ਅਸੀਂ ਰੂਮ ਵਿੱਚ ਹੀ ਰੱਖਾਂਗੇ, ਰੂਮ ਦੇ ਟੈਂਪਰੇਚਰ 'ਚ ਜੀ। ਜੇ ਅਸੀਂ ਧੁੱਪ 'ਚ ਰੱਖਾਂਗੇ ਅਤੇ ਉਹ ਤਾਂ ਫਿਰ ਉਹ ਹੀ ਹਿਸਾਬ ਹੁੰਦਾ ਜੀ, ਚਾਹੇ ਅਸੀਂ ਘਰ 'ਚ ਪਾ ਲਿਆ ਅਤੇ ਚਾਹੇ ਅਸੀਂ ਸਿੱਖ ਲਿਆ ਸਿੱਖ, ਠੀਕ ਹੈ ਜੀ ਜੀ। ਜਦੋਂ ਅਸੀਂ ਇਹਨੂੰ ਧੁੱਪ 'ਚ ਰੱਖਾਂਗੇ ਸਾਡਾ ਅਚਾਰ ਸਖਤ ਹੀ ਰਹੇਗਾ ਜੀ। ਹੁਣ ਤੁਸੀਂ ਇਸਨੂੰ 3 ਦਿਨਾਂ ਬਾਅਦ ਜਦੋਂ ਅਸੀਂ ਇਸ ਵਿੱਚ ਤੇਲ ਐਡ ਕਰਾਂਗੇ ਨਾ ਉਸ ਦਿਨ ਹੀ ਅਸੀਂ ਇਸਨੂੰ ਖਾ ਸਕਦੇ, ਬਿਲਕੁਲ ਨਰਮ ਪੈ ਜਾਏਗਾ। ਸੋ ਮੈਮ ਬਹੁਤ ਫਾਇਦੇ ਨੇ ਸਾਨੂੰ ਇਸ ਅਚਾਰ ਦੇ, ਕਿਉਂਕਿ ਜਦੋਂ ਕਈ ਵਾਰੀ ਅਸੀਂ ਖਾਣਾ ਖਾਂਦੇ ਹਾਂ ਅਤੇ ਅੰਬ ਦਾ ਅਚਾਰ ਲੈਂਦੇ ਹਾਂ ਤਾਂ ਆਟੋਮੈਟਿਕਲੀ ਸਾਡੇ ਮੂੰਹ 'ਚ ਜਿਹੜਾ ਪਾਣੀ ਆ ਜਾਂਦਾ। ਬਿਲਕੁਲ ਜੀ ਬਿਲਕੁਲ, ਅੰਬ ਦੇ ਅਚਾਰ ਨਾਲ ਤਾਂ ਬਹੁਤ ਪਾਣੀ ਆਉਂਦਾ ਜੀ। ਸੋ ਸਾਡੀ ਉਹ ਪਾਚਨ ਕਿਰਿਆ ਲਈ ਵੀ ਜਿਹੜਾ ਕਾਫੀ ਹੈਲਪਫੁਲ ਹੁੰਦਾ ਹੈ। ਹਾਂਜੀ ਜੀ। ਹੁਣ ਅਸੀਂ ਇਸ ਵਿੱਚ ਤੇਲ ਐਡ ਕਰਾਂਗੇ, ਜਿਵੇਂ ਕਿ ਮੈਮ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਅਸੀਂ ਇਸ ਵਿੱਚ ਤੇਲ ਐਡ ਕਰਾਂਗੇ ਜੀ। ਅਸੀਂ ਤੇਲ ਨੂੰ ਗਰਮ ਕਰਕੇ ਜੀ, ਠੀਕ ਹੈ ਜੀ, ਇਸਨੂੰ ਠੰਡਾ ਕਰ ਲਿਆ ਜੀ। ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਤੇਲ ਜੀ, ਪੂਰੀ ਤਰ੍ਹਾਂ ਠੰਡਾ ਕੀਤਾ ਹੋਇਆ ਤੇਲ ਜਿਹੜਾ ਆਪਾਂ ਇਸ ਵਿੱਚ ਐਡ ਕਰਾਂਗੇ। ਹਾਂਜੀ, ਜਿਸ ਤਰ੍ਹਾਂ ਮੈਮ ਆਪਾਂ ਇਹਦੇ ਵਿੱਚ ਜਿਹੜਾ ਤੇਲ ਹੈ ਉਹ ਪਾ ਦਿੱਤਾ ਹੈ ਜਿਹੜਾ ਤੁਸੀਂ ਗਰਮ ਕਰਕੇ ਠੰਡਾ ਕੀਤਾ ਹੋਇਆ ਸੀ। ਹਾਂਜੀ ਮੈਮ ਬਿਲਕੁਲ ਜੀ। ਆਪਾਂ 250 ਗ੍ਰਾਮ ਤੇਲ ਪਾਵਾਂਗੇ ਇਹਦੇ ਵਿੱਚ, ਠੀਕ ਹੈ ਜੀ। ਹੁਣ ਅਸੀਂ ਇਸਨੂੰ ਮੈਮ ਚੰਗੀ ਤਰ੍ਹਾਂ ਮਿਕਸ ਕਰਾਂਗੇ, ਠੀਕ ਹੈ ਜੀ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਮੈਮ ਅਗਰ ਆਪਣੇ ਕੋਲ ਅਚਾਰ ਹੋਵੇ ਆਪਾਂ ਬਾਹਰ ਜਾਂਦੇ ਹਾਂ ਕਿਤੇ ਤਾਂ ਆਪਾਂ ਇਸਨੂੰ ਈਜ਼ੀ ਕੈਰੀ ਕਰ ਸਕਦੇ ਹਾਂ, ਨਾਲ ਲੈ ਕੇ ਜਾ ਸਕਦੇ ਹਾਂ। ਸਬਜ਼ੀ ਦਾ ਹੋ ਜਾਂਦਾ ਕਿ ਖਰਾਬ ਹੋਣ ਦਾ ਡਰ ਹੈ, ਲੇਕਿਨ ਸਾਡਾ ਜਿਹੜਾ ਅਚਾਰ ਆ ਉਸਦਾ ਖਰਾਬ ਹੋਣ ਦਾ ਡਰ ਨਹੀਂ ਰਹਿੰਦਾ ਹੈਗਾ। ਅਸੀਂ ਇਸਨੂੰ ਮੈਮ ਬੱਚਿਆਂ ਨੂੰ ਪਰੌਂਠੇ ਦੇ ਨਾਲ ਵੀ ਦੇ ਸਕਦੇ ਹਾਂ ਤਾਂ ਜੋ ਟਿਫਨ ਦੇ ਵਿੱਚ ਬੱਚਿਆਂ ਦਾ ਖਾਣਾ ਵਾਪਸ ਨਾ ਆਵੇ। ਸੋ ਮੈਮ ਮੈਂ ਤਾਂ ਅੱਜ ਜਿਹੜਾ ਕਿ ਅਚਾਰ ਬਣਾਉਣ ਦੀ ਵਿਧੀ ਜਿਹੜੀ ਪੂਰੀ ਤਰ੍ਹਾਂ ਸਿੱਖ ਲਈ ਆ, ਸੋ ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੇ ਵੀ ਜ਼ਰੂਰ ਸਿੱਖ ਲਈ ਹੋਏਗੀ ਕਿ ਘਰ ਦੇ ਵਿੱਚ ਆਪਾਂ ਅੰਬਾਂ ਦਾ ਅਚਾਰ ਆਸਾਨੀ ਦੇ ਨਾਲ ਬਣਾ ਸਕਦੇ ਹਾਂ। ਕਿਉਂਕਿ ਕਈ ਵਾਰ ਹੋ ਜਾਂਦਾ ਕਿ ਆਪਾਂ ਮਾਰਕੀਟ ਤੋਂ ਅਚਾਰ ਲਿਆਉਂਦੇ, ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਦੋਂ ਦਾ ਬਣਿਆ ਹੋਇਆ ਹੈ, ਲੇਕਿਨ ਘਰ ਦੇ ਵਿੱਚ ਬਣਾਇਆ ਹੋਏਗਾ ਅਸੀਂ ਖੁਦ ਅੱਛੀ ਤਰ੍ਹਾਂ ਹੋ ਜਾਂਦਾ ਕਿ ਵਧੀਆ ਢੰਗ ਦੇ ਨਾਲ ਬਣਿਆ ਹੋਇਆ ਹੈ। ਇਸ ਵਿੱਚ ਕੁਛ ਵੀ ਐਕਸਟਰਾ ਆਪਾਂ ਕੋਈ ਵੀ ਚੀਜ਼ ਨਹੀਂ ਪਾਉਂਦੇ ਹੈਗੇ, ਜੋ ਆਪਾਂ ਘਰਾਂ ਦੇ ਵਿੱਚ ਮਸਾਲੇ ਯੂਜ਼ ਕਰਦੇ ਹਾਂ ਉਹੀ ਆਪਾਂ ਇਸ ਵਿੱਚ ਪਾਏ ਹੋਏ ਨੇ। ਸੋ ਅਗਲੇ ਹਫ਼ਤੇ ਆਪਾਂ ਇੱਕ ਹੋਰ ਨਵੀਂ ਅਚਾਰ ਦੀ ਵਿਧੀ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ।